ਤੇ ਪਹਿਲਾ ਪਹਿਲਾ ਇਸ ਸਮੇਂ ਜੋ ਪੂਰਾ ਮੀਟਿੰਗ ਦੇ ਵਿੱਚੋਂ ਨਿਕਲ ਕੇ ਤੱਤ ਸਾਹਮਣੇ ਆਏ ਨੇ ਉਹ ਇਹ ਨੇ ਕਿ ਇੱਕ ਫਾਰਮੂਲੇ ਦੇ ਨਾਲ ਸਰਕਾਰ ਸਾਹਮਣੇ ਆਈ ਕਿਸਾਨਾਂ ਦੇ ਕਿ ਅਸੀਂ ਕਮੇਟੀ ਬਣਾ ਦਿੰਨੇ ਆ 4 ਤੋਂ 5 ਕਿਸਾਨ ਉਸ ਦੇ ਵਿੱਚ ਹੋਣਗੇ ਤੁਸੀਂ ਮੈਂਬਰ ਦੱਸੋ ਕਿਹੜੇ ਹੋਣਗੇ ਕਿਸਾਨਾਂ ਨੂੰ ਪੁੱਛਿਆ ਗਿਆ ਤੇ ਉਸ ਦੇ ਨਾਲ ਹੀ ਕਿਹਾ ਗਿਆ ਕਿ ਅਸੀਂ ਖੇਤੀਬਾੜੀ ਮਾਹਰ ਵੀ ਉਸ ਦੇ ਵਿੱਚ ਸ਼ਾਮਲ ਕਰਾਂਗੇ ਪੰਕਜ ਦਾ ਰੁਖ ਕਰਦੇ ਆ ਪੰਕਜ ਮੇਰਾ ਸਵਾਲ ਸੀ ਕਿ ਅੰਦੋਲਨ ਨੂੰ ਲੈ ਕੇ ਵੀ ਅੰਦੋਲਨ ਨੂੰ ਖਤਮ ਕਰਵਾਉਣ ਨੂੰ ਲੈ ਕੇ ਵੀ ਇਸ ਮੀਟਿੰਗ 'ਚ ਕੋਈ ਗੱਲਬਾਤ ਹੋ ਰਹੀ ਹੈ ਇਸ ਬਾਰੇ ਤੁਹਾਡੇ ਕੋਲ ਕੋਈ ਜਾਣਕਾਰੀ ਪੰਕਜ ਹੋਇਆ ਹੋਇਆ ਇਸ ਕਰਕੇ ਪਿਛਲੀ ਬ੍ਰੇਕ ਹੋਈ ਹੈ ਪਰ ਜਿਹੜੀ ਗੱਲਬਾਤ ਪਹਿਲੇ ਰਾਊਂਡ ਦੇ ਵਿੱਚ ਚੱਲੀ ਹੈ ਉਹ ਇਸ ਗੱਲ ਦੀ ਜ਼ੋਰ ਹੈ ਕਿ ਛੋਟੀ ਮੋਟੀ ਕਮੇਟੀ ਬਣਾਈਏ ਤੇ ਵਿੱਚ ਵਿਚਾਲੇ ਵਾਲਾ ਕੋਈ ਰਸਤਾ ਕੱਢੀਏ ਜਿੰਨੀਆਂ ਵੀ ਜਥੇਬੰਦੀਆਂ ਅੰਦਰ ਸ਼ਾਮਲ ਹੋਈਆਂ ਉਹਨਾਂ ਨੇ ਕਲੀਅਰ ਕੱਟ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਇਹ ਕਮੇਟੀਆਂ ਦੀ ਅੱਜ ਸਾਨੂੰ ਕੋਈ ਲੋੜ ਨਹੀਂ ਹੈ ਕਿਉਂਕਿ ਤਿੰਨੇ ਜਿਹੜੇ ਖੇਤੀ ਵਿਰੋਧੀ ਕਾਲੇ ਕਾਨੂੰਨ ਨੇ ਇਹ ਰੱਦ ਕੀਤੇ ਜਾਣ बिजली बिल 2020 है जिहड़ा ये वापस लिया जाए पराली नाल संबंधित जिहड़े बनाए गए बिल ने वह रद्द किए जाण अच्छा पहले राउंड की मीटिंग हुई इस वे चाह पानी अंदर चल रहा और कहा गया कि जो सोर्सिस तो न्यूज 18 को जानकारी आई थी एक गल अंदर रखी गई कि एक कमेटी बनाई जाएगी जिस में 4 से 5 नुमाइंदे जिहड़े ने किसान दे होणगे ये देखो कमेटियां की गल पहला भी आई थी पर यह कमेटियां नूं बिल्कुल अज अंदर बैठे साढ़े आगुआ ने सारिया जथेबंदियां ने खास करके वीके जी उगराहा ने जिहड़ा ने सानू सुनेहा भेजे उन्होंने ये गल कही है कि असीं ये सारी गल नू कमेटियां वाली नू रद्द कीता है भी ये काले कानून ने जिहड़े तीनों रद्द होने चाहिए ने बिजली बिल 2020 है जिहड़ा ये वापस होना चाहिए गौरव इस वेले दी जो सोर्सिस तों जानकारी मिल रही थी भारतीय किसान यूनियन उगराहा ने मैसेज दिता है बार बार जो किसान ने उन्होंने मैसेज दिता है कि असीं मंग नू ठुकरा दिता है केंद्र सरकार ने कहा कि 4 से 5 जिहड़े ने किसान अपने दिओ असीं एक कमेटी बनावांगे जो सोर्सिस तों न्यूज 18 जानकारी दे रहे सी उस ते बकायदा तौर पर भारतीय किसान यूनियन उगराहा वालों ये दस्या गया कि अंदरों मैसेज आया और इस मंग नू ठुकरा दिता गया वै और हुण इस वेले की लग रहा है कि भारतीय किसान यूनियन उगराहा वालों मंग नू ठुकरा दिता गया अगे गलबात की होएगी जदों ये कह दिता कि कमेटी नहीं बनेगी तो केंद्र सरकार का की रवैया सीगा और अगे गलबात कितनी देर चलेगी देखो गलबात तो जिहड़ी संभावना है थोड़ा मोटा जर होर चल सकती है एक अद्धा पड़ा होर गलबात का हो सकता है पर गलबात सिरे चढ़न की संभावना सानू अज नहीं है अच्छा ये भी सरकार वालों कहा गया कि अंदोलन नू खत्म किया जाओ कमेटी बना रहे हैं असीं तुहाडे नाल हां असीं हर मसले का हल करांगे तुसीं अंदोलन खत्म करो देखो ये सरकारां दा काम हुंदा है अंदोलन नू खत्म करवाउणा क्योंकि जिस पद्धर ते अंदोलन भारत दे किसानां दा पंजाब दे किसानां दा हुणे चलिया गया ये केंद्र सरकार नू पुट्ठा मुड़न लई मजबूर कर रहा है क्योंकि पहला जदों भी केंद्र सरकार कदों मीटिंग सादी हुंदी सी जदों भी ਤਾਂ ਇਹ ਕੰਡੀਸ਼ਨਾਂ ਦੇ ਤਹਿਤ ਮੀਟਿੰਗ ਸਾਦੀ ਹੁੰਦੀ ਸੀ ਲੇਕਿਨ ਇਸ ਵੇਲੇ ਸਭ ਤੋਂ ਵੱਡੀ ਜਾਣਕਾਰੀ ਇਹੀ ਹੈ ਕਿ ਕੇਂਦਰ ਸਰਕਾਰ ਨੇ ਸੁਝਾ ਦਿੱਤਾ ਕਿ ਕਮੇਟੀ ਬਣਾਓ ਤੁਸੀਂ ਠੁਕਰਾ ਦਿੱਤਾ ਤਾਂ ਅਗਲਾ ਰਸਤਾ ਕੀ ਹੋਏਗਾ ਅਗਲੀ ਗੱਲਬਾਤ ਕੀ ਹੋਏਗੀ ਹੁਣ ਅੰਦਰ ਅੱਜ ਕੁਝ ਦੱਸਿਆ ਉਗਰਾਹਾ ਹੋਰਾਂ ਨੇ ਦੱਸਿਆ ਕਿ ਅੱਗੇ ਇਹ ਗੱਲਬਾਤ ਕਰਾਂਗੇ ਦੇਖੋ ਅਗਲਾ ਪੜਾ ਤਾਂ ਸਾਡੇ ਕੋਲੇ ਤਾਂ ਇੱਕੋ ਹੀ ਗੱਲ ਹੈ ਪਹਿਲਾਂ ਉਹਨਾਂ ਨੂੰ ਜਿਹੜਾ ਮੰਗ ਪੱਤਰ ਦਿੱਤਾ ਹੈ ਕਿ ਤੁਸੀਂ ਦੱਸੋ ਆ ਸਾਡੇ ਮੰਗ ਪੱਤਰ ਦੇ ਉੱਤੇ ਕੀ ਕੀਤਾ ਕਿਉਂਕਿ ਕਈ ਮੰਗਾਂ ਨੇ ਇਹ ਹੋ ਸਕਦਾ ਹੈ ਵੀ ਕੱਲੇ ਕਾਲੇ ਕਾਨੂੰਨਾਂ ਦੀ ਹਾਲੇ ਗੱਲ ਹੋਈ ਹੋਵੇ ਪਹਿਲੇ ਪੜਾਅ ਦੇ ਵਿੱਚ ਦੂਜੇ ਪੜਾਵਾਂ ਦੇ ਵਿੱਚ ਹੋਰ ਜਿਹੜੀਆਂ ਮੰਗਾਂ ਨੇ ਜੁੜੀਆਂ ਉਹਨਾਂ ਤੇ ਗੱਲਬਾਤ ਹੋਏਗੀ ਕਿਉਂਕਿ ਪੂਰੇ ਮੰਗ ਪੱਤਰ ਦੇ ਉੱਤੇ ਜਿਹੜੀ ਅੱਜ ਚਰਚਾ ਹੈ ਉਹ ਹੋਣ ਦੀ ਸੰਭਾਵਨਾ ਹੈ ਸਾਨੂੰ ਕਿ ਕੱਲੀ ਕੱਲੀ ਮੰਗ ਦੇ ਉੱਤੇ ਚਰਚਾ ਜਿਹੜੀ ਉਹ ਹੋਣੀ ਹੈ ਇਸ ਵੇਲੇ ਚਾਹ ਚੱਲ ਰਹੀ ਹੈ ਅੰਦਰ ਚਾਹ ਚੱਲ ਰਹੀ ਹੈ ਚਾਹ ਦੇ ਵਿੱਚ ਚਰਚਾ ਜਿਹੜੀ ਉਹ ਚੱਲ ਰਹੀ ਹੈ ਦੇਖੋ ਬ੍ਰੇਕ ਹੋਈ ਹੈ ਪਹਿਲੇ ਪੜਾਅ ਤੋਂ ਬਾਅਦ ਉਹ ਬ੍ਰੇਕ ਤੋਂ ਬਾਅਦ ਚਾਹ ਪਾਣੀ ਪੀਣ ਤੋਂ ਬਾਅਦ ਸ਼ਾਇਦ ਦੂਜਾ ਰਾਉਂਡ ਹੈ ਜਿਹੜਾ ਉਹ ਸ਼ੁਰੂ ਹੋਇਆ ਹੋਣਾ ਤਾਂ ਅੰਦਰੋਂ ਜੋ ਜਾਣਕਾਰੀ ਮਿਲ ਰਹੀ ਹੈ ਫਸਟ ਰਾਉਂਡ ਦੀ ਮੀਟਿੰਗ ਖਤਮ ਹੋਈ ਹੈ ਫਸਟ ਰਾਉਂਡ ਦੀ ਮੀਟਿੰਗ ਤੋਂ ਬਾਅਦ ਅੰਦਰ ਚਾਹ ਜਿਹੜੀ ਹੈ ਉਹ ਚੱਲ ਰਹੀ ਹੈ ਔਰ ਚਾਹ ਦੇ ਵਿੱਚ ਨਾਲ ਇਹ ਸਾਫ਼ ਕਰ ਦਿੱਤਾ ਹੈ ਕਿ ਕਮੇਟੀ ਨਹੀਂ ਜ਼ਰੂਰਤ ਸਾਨੂੰ ਕਿਸੇ ਤਰੀਕੇ ਦੀ ਕਮੇਟੀ ਦੀ ਜ਼ਰੂਰਤ ਨਹੀਂ ਹੈ ਮੌਕੇ ਤੇ ਹੀ ਜਿਹੜਾ ਵਾ ਫੈਸਲਾ ਲਿੱਤਾ ਜਾਵੇ ਇਹ ਸਾਫ਼ ਸ਼ਬਦਾਂ 'ਚ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਨੁਮਾਇੰਦੇ ਇੱਥੇ ਖੜੇ ਸੀਗੇ ਉਹਨਾਂ ਨੇ ਦੱਸਿਆ ਕਿ ਅੰਦਰੋਂ ਮੈਸੇਜ ਆਇਆ ਗੱਲਬਾਤ ਹੋਈ ਹੈ ਅਸੀਂ ਨਿਊਜ਼ 18 ਸਭ ਤੋਂ ਪਹਿਲਾਂ ਇਹ ਜਾਣਕਾਰੀ ਦੇ ਰਹੇ ਸੀ ਔਰ ਹੁਣ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਨੇ ਨਿਊਜ਼ 18 ਤੇ ਖਬਰ ਤੇ ਮੋਹਰ ਲਗਾਉਂਦੇ ਹੋਏ ਦੱਸਿਆ ਕਿ ਅੰਦਰੋਂ ਇਹੀ ਖਬਰ ਆਈ ਹੈ ਔਰ ਅਸੀਂ ਇਹ ਮੰਗ ਨੂੰ ਠੁਕਰਾ ਦਿੱਤਾ ਗੌਰਵ